ਆਪ ਜੀਤ ਹੋਵਾ ਕਿਉਂ ਬਾਈ ਚਾਂਸ ਸਾਹਿਬ ਤੋਂ ਬਾਅਦ ਤੁਸੀਂ ਮੈਨੂੰ ਇਸ ਤੇ ਮਾਲਕ ਸਾਡੀ ਕੋਈ ਇੱਕ ਡਿਮਾਂਡ ਹੈ ਕਿ ਰਿਟਾਇਰ ਪ੍ਰੋਫੈਸਰ ਬਾਹਰ ਕਰੋ ਬਸ ਉਹਦੇ ਬਾਰੇ ਬਸ ਬਸ ਇਹ ਫਿਰ ਇੱਥੋਂ ਚੱਕੋ ਤੇ ਆਓ ਆਪਾਂ ਰਹੀ ਗੱਲ ਕਿ ਜਿਹੜੇ ਸਾਡੇ ਰੀਇੰਪਲਾਈਡ ਪੁਨਰ ਨਿਯੁਕਤ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਰਿਲੀਵ ਕਰਨ ਦੀ ਉਹਦੇ ਬਾਰੇ ਅਸੀਂ ਜਲਦੀ ਹੀ ਉਹਨਾਂ ਨੂੰ ਨੋਟਿਸ ਜਿਹੜਾ ਹੈ ਜਾਰੀ ਕਰ ਰਹੇ ਹਾਂ ਔਰ ਉਹਦੇ ਲਈ ਇੱਕ ਪ੍ਰੋਸੈਸ ਹੁੰਦਾ ਥੋੜ੍ਹਾ ਟਾਈਮ ਲੱਗਦਾ ਔਰ ਵਾਈਸ ਚਾਂਸਲਰ ਸਾਹਿਬ ਜਦੋਂ ਆ ਜਾਣਗੇ ਉਸ ਤੋਂ ਬਾਅਦ ਅਸੀਂ ਅਪੀਲ ਕਰਾਂਗੇ ਕਰ ਪਾਵਾਂਗੇ ਪਰ ਅਸੀਂ ਸਾਰੇ ਹੀ ਉਹਨਾਂ ਨੂੰ ਨੋਟਿਸ ਜਾਰੀ ਕਰਨ ਦਾ ਜਿਹੜਾ ਹੈ ਉਹਦੇ ਸੰਬੰਧੀ ਕਾਰਵਾਈ ਕਰ ਰਹੇ ਹੁਣ ਸਾਰੇ ਧਰਨਾ ਚੱਕਣਗੇ ਜੀ ਫਿਰ ਹੁਣ ਮੰਨ ਲਈ ਇਹਨਾਂ ਨੂੰ ਪੁੱਛੋ ਨਾ